proper way youtube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 10ਵੀਂ ਤੇ 12ਵੀਂ ਜਮਾਤ ਦੇ ਐਗਜ਼ਾਮੀਨੇਸ਼ਨ ਫਾਰਮ ਦੀ ਜੀ ਕਿਵੇਂ ਜਨਰੇਟ ਕਰਨੇ ਨੇ ਕੀ ਫੀਸ ਹੈ ਉਹ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਰਨੀਆਂ ਨੇ ਜੀ ਸਕੂਲ ਲੌਗਇਨ ਕਰਨ ਤੋਂ ਬਾਅਦ ਅਸੀਂ ਜਾਣਾ ਐਗਜ਼ਾਮੀਨੇਸ਼ਨ ਪੋਰਟਲ ਦੇ ਵਿੱਚ ਆ ਦੇਖੋ ਇਥੇ ਮੈਟ੍ਰਿਕਿਉਲੇਸ਼ਨ ਰੈਗੂਲਰ ਐਗਜ਼ਾਮੀਨੇਸ਼ਨ ਸੀਨੀਅਰ ਸੈਕੰਡਰੀ ਰੈਗੂਲਰ ਐਗਜ਼ਾਮੀਨੇਸ਼ਨ ਇਹ ਕੈਲਕੂਲੇਟ ਫੀ ਹੈ ਤੇ ਇਹ ਐਗਜ਼ਾਮੀਨੇਸ਼ਨ ਫਾਰਮ ਫੀ ਚਲਾਨ ਡਾਊਨਲੋਡ ਕਰਨ ਦਾ ਕੈਂਡੀਡੇਟ ਡਿਟੇਲ ਦੇਖਣ ਦਾ ਤੇ 올 ਕੈਂਡੀਡੇਟਸ ਲਿਸਟ ਵਿਚ ਐਗਜ਼ਾਮੀਨੇਸ਼ਨ ਹੈਜ਼ ਬੀਨ ਜਨਰੇਟ ਜਿਨ੍ਹਾਂ ਦੇ ਫਾਰਮ ਜਨਰੇਟ ਕਰਤੇ ਉਹਨਾਂ ਦੀ ਲਿਸਟ ਦੇਖਣ ਵਾਸਤੇ ਆਹ ਇਨਸਟਰਕਸ਼ਨਾਂ ਨੇ ਜੀ ਆਪਣਾ ਇਹ 12ਵੀਂ ਦੇ ਵਾਸਤੇ ਤੇ ਇਹ ਦੱਸੇ ਇਹਨਾਂ ਨੂੰ ਪੜ ਲੈਣਾ ਡਾਊਨਲੋਡ ਕਰਕੇ ਜਿਵੇਂ ਆ ਫੀ ਆ ਕਿੰਨੀ ਐ ਹਰ ਇੱਕ एग्जाम ਦੀ ਤੇ ਕੀ ਡੇਟ ਐ ਉਹ ਮੈਂ ਤੁਹਾਨੂੰ ਲੈਟਰ ਦਿਖਾ ਦੇਣਾ ਆ ਦਸਵੀਂ ਤੇ ਬਾਰਵੀਂ ਰੈਗੂਲਰ ਤੇ ਓਪਨ ਸਕੂਲ ਟਰਮ 1 ਦੇ 2 ਸੈਸ਼ਨ 21 ਵਾ ਦੀ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦੀ ਸ਼ਡਿਊਲ ਇਸ ਤਰ੍ਹਾਂ ਐ ਆ ਦੇਖੋ ਇਹ ਤਾਂ ਫੀਸ ਐ ਮੈਟ੍ਰਿਕ ਦੀ 800 ਰੁਪਏ ਤੇ 100 ਰੁਪਏ ਪ੍ਰਤੀ ਪ੍ਰੈਕਟੀਕਲ ਫੀਸ ਐ ਜੇ ਕੋਈ ਬਾਧੂ ਵਿਸਾ ਲੈਂਦਾ ਤਾਂ ਉਹਦੀ 350 ਰੁਪਏ ਐ 12ਵੀਂ ਦੇ 1200 ਰੁਪਏ ਐਗਜ਼ਾਮੀਨੇਸ਼ਨ ਫੀਸ ਹੈ 150 ਰੁਪਏ ਪ੍ਰਤੀ ਪ੍ਰਯੋਗੀ ਪ੍ਰੀਖਿਆ ਤੇ ਬਾਦੂ ਸਬਜੈਕਟ ਦੇ ਲਈ 350 ਰੁਪਏ ਇਹਦੀ ਬੈਂਕ ਚਲਾਨ ਜਨਰੇਟ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 29 10 ਹੈ ਬਿਨਾ ਲੇਟ ਫੀਸ ਤੋਂ ਤੇ ਬੈਂਕ ਵਿੱਚ ਚਲਾਨ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 8 11 ਹੈ 500 ਰੁਪਏ ਲੇਟ ਫੀਸ ਨਾਲ 8 11 21 ਅਤੇ 15 11 ਜਮ੍ਹਾਂ ਕਰਵਾਉਣ ਦੇ ਇਸੇ ਤਰ੍ਹਾਂ ਆਹ ਫੀਸ ਦਾ ਪੂਰਾ ਸ਼ਡਿਊਲ ਹੈ ਜੀ ਇਹਨੂੰ ਪੜ੍ਹ ਲੈਣਾ ਚੰਗੀ ਤਰ੍ਹਾਂ ਠੀਕ ਹੈ ਤੇ ਇੱਕ ਗੱਲ ਹੋਰ ਜੇ ਇੱਕ ਸਰਟੀਫਿਕੇਟ ਦੀ ਹਾਰਡ ਕਾਪੀ ਲੈਣੀ ਹੈ ਨਾ ਤਾਂ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਵਾਸਤੇ 100 ਰੁਪਏ ਹਰ ਇੱਕ ਵਿਦਿਆਰਥੀ ਦੇ ਲੱਗਣੇ ਆ ਐਕਸਟਰਾ ਇਸ ਫੀਸ ਤੋਂ ਇਲਾਵਾ ਜੇ ਤੁਸੀਂ ਉਥੇ ਸਿਲੈਕਟ ਕਰਦੇ ਹੋ ਤਾਂ ਹਾਰਡ ਕਾਪੀ ਲੈਣ ਲਈ ਤਾਂ 100 ਰੁਪਏ ਐਕਸਟਰਾ ਹਰ ਇੱਕ ਵਿਦਿਆਰਥੀ ਦੇ ਲੱਗਣਗੇ ਠੀਕ ਹੈ ਤੇ ਆ ਦੋਨੇ ਟਰਮਾਂ ਦੀ ਜਿਹੜੀ ਫੀਸ ਹੈ ਉਹਨਾਂ ਉਹ ਇੱਕੋ ਵਾਰ ਹੀ ਲੈਣੀ ਹੈ ਠੀਕ ਹੈ ਦੋ ਵਾਰੀ ਐਗਜ਼ਾਮ ਹੋਣੇ ਆ ਇਹ ਟਰਮ ਬੰਦ ਦੇ ਟਰਮ ਟੂ ਦੀ ਪ੍ਰੀਖਿਆ ਫੀਸ ਕੇਵਲ ਇੱਕ ਵਾਰ ਹੀ ਲਈ ਜਾਵੇਗੀ ਠੀਕ ਹੈ ਇਸ ਲੈਟਰ ਨੂੰ ਚੰਗੀ ਤਰ੍ਹਾਂ ਪੜ ਲੈਣਾ ਤੇ ਇਸ ਡੇਟ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਐਗਜ਼ਾਮ ਫਾਰਮ ਜਨਰੇਟ ਕਰਕੇ ਉਸ ਨੂੰ ਫਾਈਨਲ ਸਬਮਿਟ ਕਰ ਦੇਣਾ ਤੇ ਇਹ ਬਾਕੀ ਜਿਹੜੀਆਂ ਇਹ ਇਨਸਟਰਕਸ਼ਨਾਂ ਨੇ ਇਹ ਆ ਆਪ ਆਪਣਾ ਦਸਵੀਂ ਦੀਆਂ ਨੇ ਤੇ ਇਹ 12ਵੀਂ ਦੀਆਂ ਇਹ ਇਨਸਟਰਕਸ਼ਨ ਨੂੰ ਚੰਗੀ ਤਰ੍ਹਾਂ ਪੜ ਲੈਣਾ ਦੋਨੇ ਜਮਾਤਾਂ ਦੀਆਂ ਨੇ ਹੁਣ ਦੇਖਦੇ ਆ ਆਪਾਂ ਐਗਜ਼ਾਮੀਨੇਸ਼ਨ ਫਾਰਮ ਨੂੰ ਜਨਰੇਟ ਕਿਵੇਂ ਕਰਨਾ ਹੈ ਐਗਜ਼ਾਮੀਨੇਸ਼ਨ ਪੋਰਟਲ ਦੇ ਵਿੱਚ ਜਾਣਾ ਹੈ ਐਗਜ਼ਾਮੀਨੇਸ਼ਨ ਪੋਰਟਲ ਇੱਥੇ ਆ ਮੈਟ੍ਰਿਕ ਆ ਸੀਨੀਅਰ ਸੈਕੰਡਰੀ ਪਹਿਲਾਂ ਮੈਟ੍ਰਿਕ ਦਾ ਦੇਖਦੇ ਆ ਹੁਣ ਆ ਇੱਥੇ ਆ ਚੈੱਕ ਬਾਕਸ ਨੂੰ ਟਿਕ ਕਰਨਾ ਤੇ ਇੱਥੇ ਐਡ ਸਟੂਡੈਂਟ ਫਾਰ ਜਨਰੇਟ ਐਗਜ਼ਾਮੀਨੇਸ਼ਨ ਫਾਰਮ ਤੇ ਕਲਿੱਕ ਕਰ ਦੇਣਾ ਜਿਵੇਂ ਆ ਵਾਂ ਸਿਲੈਕਟ ਕਰਿਆ ਠੀਕ ਹੈ ਹੁਣ ਅੱਗੇ ਇੱਕ ਹੋਰ ਹੈ ਚੈੱਕ ਬਾਕਸ ਵਾਂਟ ਹਾਰਡ ਕਾਪੀ ਸਰਟੀਫਿਕੇਟ ਜੇ ਬੱਚੇ ਨੂੰ ਹਾਰਡ ਕਾਪੀ ਚਾਹੀਦੀ ਹੈ ਦੀ ਐਕਸਟਰਾ 100 ਰੁਪਏ ਫੀਸ ਲੱਗੇਗੀ ਤਾਂ ਇਹਨੂੰ ਵੀ ਟਿਕ ਕਰ ਦੇਣਾ ਤੇ ਇੱਥੋਂ ਐਡ ਕਰ ਦੇਣਾ ਠੀਕ ਹੈ ਹੁਣ ਜਿਹੜਾ ਬੱਚਾ ਮੈਂ ਐਡ ਕਰਿਆ ਉਹਨੂੰ ਦੇਖਦੇ ਆ ਇਸੇ ਤਰ੍ਹਾਂ ਸਾਰੇ ਜਿੰਨੇ ਬੱਚੇ ਨੇ ਆਪਾਂ ਐਡ ਕਰ ਲੈਣੇ ਨੇ ਜਿਹੜੇ ਆਪਣੇ ਕੋਲ ਜਿਨ੍ਹਾਂ ਦਾ ਐਡਮਿਸ਼ਨ ਹੈਗਾ ਤੇ ਆਪਾਂ ਇਹ ਬੱਚੇ ਦਾ ਦੇਖਦੇ ਆ ਐਡ ਕਰਿਆ ਵਿਊ ਸਿਲੇਕਟਿਡ ਸਟੂਡੈਂਟ ਤੇ ਜਾਣਾ ਆ ਦੇਖੋ ਆ ਦੋ ਬੱਚੇ ਮੈਂ ਐਡ ਕਰਤੇ ਹੁਣ ਇਹਨਾਂ ਦਿਨ ਜੇ ਮੰਨ ਲਓ ਬੱਚਾ ਕੋਈ ਗਲਤ ਐਡ ਹੋ ਜਾਂਦਾ ਤਾਂ ਉਸ ਨੂੰ ਆਪਾਂ ਡਿਲੀਟ ਵੀ ਕਰ ਸਕਦੇ ਹਾਂ ਜਿਵੇਂ ਦੇਖ ਆ ਬੱਚਾ ਮੰਨ ਲਓ ਆਪਣੇ ਕੋਲ ਗਲਤ ਐਡ ਹੋ ਗਿਆ ਇਹ ਨਹੀਂ ਹੈਗਾ ਹੁਣ ਤਾਂ ਇੱਥੋਂ ਇਸ ਨੂੰ ਇਸ ਨੂੰ ਰਿਮੂਵ ਕਰ ਦੇਣਾ ਠੀਕ ਹੈ ਹੁਣ ਇਹਦੀ ਫੀ ਕੈਲਕੂਲੇਟ ਕਰਕੇ ਦਿਖਾਣੇ ਆ ਕੈਲਕੂਲੇਟ ਫੀ ਐਂਡ ਚਲਾਨ ਜਨਰੇਟ ਇੱਥੇ ਕਰਨਾ ਸਾਰੇ ਬੱਚੇ ਐਡ ਕਰਨ ਤੋਂ ਬਾਅਦ ਠੀਕ ਹੈ ਅਜਿਵੇਂ ਮੈਂ ਟ੍ਰਿਕ ਦਾ ਮੈਂ ਇੱਕ ਐਡ ਕਰਿਆ ਹੋਇਆ ਹੈ ਇਹਦੇ ਤੇ ਕਲਿੱਕ ਕਰਨਾ ਅਦੇਖੇ ਨੇ ਫੀਸ ਦਿਖਾਤੀ ਹੁਣ 800 ਰੁਪਏ ਜਿਹੜੀ ਐਗਜ਼ਾਮ ਫੀਸ ਹੈ 350 ਰੁਪਏ ਪਰ ਕੈਂਡੀਡੇਟ ਇਹ ਐਡੀਸ਼ਨਲ ਸਬਜੈਕਟ ਦੀ ਹੈ ਤੇ ਆ ਪ੍ਰੈਕਟੀਕਲ ਫੀ ਹੈਗੀ ਹੈ ਜਿਵੇਂ ਦੋ ਨੇ ਦੇ ਪ੍ਰੈਕਟੀਕਲ 200 ਰੁਪਏ ਹੋਗੇ ਤੇ ਆ ਸਰਟੀਫਿਕੇਟ ਫੀ ਹੈ 1100 ਰੁਪਏ ਕੁੱਲ ਫੀਸ ਹੋਗੀ ਇੱਥੇ ਫਾਈਨਲ ਸਬਮਿਸ਼ਨ ਤੇ ਕਲਿੱਕ ਕਰਨਾ ਹੈ ਇਹ ਸਾਰਾ ਕੰਪਲੀਟ ਕਰਨ ਤੋਂ ਬਾਅਦ ਮੈਂ ਸਿਰਫ ਇੱਥੇ ਸਿੰਗਲ ਬੱਚਾ ਕਰਿਆ ਤੁਸੀਂ ਆਪਣੇ ਸਾਰੇ ਬੱਚੇ ਐਡ ਕਰਕੇ ਫਿਰ ਫਾਈਨਲ ਸਬਮਿਸ਼ਨ ਤੇ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਆ ਚਲਾਨ ਜਨਰੇਟ ਕਰਨ ਦਾ ਤਰੀਕਾ ਹੈ ਇੱਥੇ ਆਫਲਾਈਨ ਠੀਕ ਹੈ ਇੱਥੇ ਜਿਹੜਾ ਵੀ ਤੁਸੀਂ ਬੈਂਕ ਚਾਹੁੰਦੇ ਹੋ ਉਹ ਸਿਲੈਕਟ ਕਰ ਲੈਣਾ ਹੈ ਠੀਕ ਹੈ ਤੇ ਇਹ ਪ੍ਰਸੀਡ ਟੂ ਫਾਈਨਲ ਸਬਮਿਟ ਐਂਡ ਜਨਰੇਟ ਚਲਾਨ ਇੱਥੇ ਕਲਿੱਕ ਕਰ ਦੇਣਾ ਇਹ ਤਰੀਕਾ ਸੀ ਦਸਵੀਂ ਜਮਾਤ ਦਾ 12ਵੀਂ ਦਾ ਵੀ ਉਸੇ ਤਰ੍ਹਾਂ ਹੈਗਾ ਜੀ ਸੇਮ ਇਹੀ ਤਰੀਕਾ ਹੈ 12ਵੀਂ ਵਾਲੇ ਤੇ ਕਲਿੱਕ ਕਰਨਾ ਇੱਥੋਂ ਐਡ ਕਰਨਾ ਹੈ ਬੱਚਾ ਠੀਕ ਹੈ ਜੇ ਹਾਰਡ ਕਾਪੀ ਚਾਹੀਦੀ ਹੈ ਇਹ ਵੀ ਟੀਕ ਕਰਨਾ ਹੈ ਐਡ ऐड हो गया व्यू कैलकुलेट फी आप दो आगे ना ये दसवीं का सी ए, ए बारहवीं का मैं दो बच्चे ऐड करते बारहवीं ने रेगुलर देखो आ पूरी डिटेल आ गई बच्चे दी फीस ठीक थी, है दो बच्चे ऐड कर रहे हैं दोनों की एग्जामीनेशन फीस आ गई एडिशनल सब्जैक्ट है तो नंबर ऑफ सब्जेक्ट प्रैक्टिकल uh, सब्जेक्ट, ठीक है डेढ़ सौ रुपये पर सब्जेक्ट है इतनल सबिशन वही तरीका प्रोसीड टू सो ए तरीका एग्जामिनेशन फॉर्म जनरेट करने का चलान किमें जनरेट करना है थैंक यू वेरी मच